ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਦੋ ਤਿੰਨ ਨੁਕਤੇ ਹੋਰ ਸਾਂਝੇ ਕਰਨੇ ਕਿ ਹੁਣ ਜਿਹੜੇ ਕਿਸਾਨ ਵੀਰ ਆ ਉਹ ਤਕਰੀਬਨ ਝੋਨੇ ਦੀ ਫਸਲ ਦਿੱਥੇ ਗੋਪ ਦੇ ਵਿੱਚ ਜਾਂ ਕਈ ਥਾਵਾਂ ਤੇ ਨਸਾਰਾ ਲੈ ਰਹੀ ਹੈ ਕਈ ਜਗ੍ਹਾ ਤੇ ਜਗਾ ਤੇ ਦਾਣੇ ਦਾਗੀ ਦੀ ਸਮੱਸਿਆ ਆਈ ਆ ਕਿਉਂਕਿ ਉੱਚ ਤਾਪਮਾਨ ਐ ਫੰਗਸ ਕੰਪਲੈਕਸ ਅਟੈਕ ਕਰਦਾ ਐ ਸਪਰੇਅ ਕਰਨ 'ਚ ਕਿਸਾਨ ਵੀ ਰੇਟ ਹੋ ਗਏ ਆ ਜਾਂ ਸਪਰੇਅ ਕਰਨ ਸਮੇ ਕੋਈ ਸਾਵਧਾਨੀਆਂ ਨਹੀਂ ਵਰਤਦੇ ਇਹਦੇ ਬਾਰੇ ਮੈਂ ਸਪਰੇਅ ਕਰਨ ਜਿਹੜੀਆਂ ਆਪਾਂ ਸਾਵਧਾਨੀਆਂ ਵਰਤੀਆਂ ਇਹਦੇ ਬਾਰੇ ਮੈਂ ਕੱਲ ਵੀਡੀਓ ਜਿਹੜੀ ਅਪਲੋਡ ਕੀਤੀ ਸੀ ਕਿਸਾਨ ਵੀਰ ਜਿਹੜੇ ਨਵੇਂ ਜੁੜੇ ਆ ਕੋਈ ਦੇਖ ਸਕਦੇ ਆ ਸੋ ਇਸ ਵੀਡੀਓ 'ਚ ਆਪਾਂ ਜਾਣਕਾਰੀ ਜਿਹੜੀ 2-3 ਨੁਕਤੇ ਆ ਮੇਨ ਉਹ ਸਾਂਝੇ ਕਰਨੇ ਆ ਸਭ ਤੋਂ ਪਹਿਲਾਂ ਤਾਂ ਹੈ ਕਿਸਾਨ ਵੀਰੋ ਕੋਈ ਕਿਸਾਨ ਵੀਰ ਹੁਣ ਝੋਨੇ ਦੀ ਫਸਲ ਦੇ ਵਿੱਚ ਜਦੋਂ ਉਲੀ ਨਸ਼ਕ ਕਰਦੇ ਨਾਲ ਕਈ ਪਲਾਂਟ ਗਰੋਥ ਰੈਗੂਲੇਟਰ ਟੌਨਿਕ ਦੇ ਨਾਂ ਤੇ ਕਰ ਰਹੇ ਕਿ ਇਹ ਤਾਕਤ ਦੇਣ ਵਾਲੀ ਝੋਨੇ ਦੀ ਫਸਲ ਨੂੰ ਦਵਾਈ ਹੈ ਤੇ ਇਹਦੇ ਨਾਲ ਜਿਹੜਾ ਫਸਲ ਦਾ ਝਾੜ ਬਹੁਤ ਵਧੀਆ ਹੋਊਗਾ ਹਾਲਾਂਕਿ ਇਹ ਸਹੀ ਸਟੇਜ ਨਹੀਂ ਹੈ ਗੋਬ ਦਾ ਸਮਾਂ ਜਾਂ ਨਸਾਰਾ ਕਿ ਆਪਾਂ ਪਲਾਂਟ ਗਰੋਥ ਰੈਗੂਲੇਟਰ ਜਿਹੜੇ ਹੈਗੇ ਆ ਫਸਲ ਦੇ ਵਿੱਚ ਸਪਰੇਅ ਕਰੀਏ ਨਾ ਕੋਈ ਇਹਨਾਂ ਦੀ ਸਿਫਾਰਸ਼ ਹੈ ਸੋ ਇਹਨਾਂ ਦੀ ਸਪਰੇ ਨਾਲ ਮੇਰੀ ਬੇਨਤੀ ਹੈ ਕਿ ਤੁਸੀਂ ਵਾਧੂ ਟੋਨਿਕ ਨਾ ਪਾਓ ਜਿਹੜੀ ਤੁਹਾਨੂੰ ਪਹਿਲਾਂ ਜਿਹੜੀ ਸਿਫਾਰਸ਼ ਅਨਸਾਰ ਐਨਪੀਕੇ ਦੱਸੀ ਸੀ 13 0 45 ਉਹ ਇੱਕ ਤੁਸੀਂ ਉਹਨੂੰ ਟੋਨਿਕ ਮੰਨ ਲਓ ਚਾਹੇ ਤਾਕਤ ਵਾਲੀ ਦਵਾਈ ਮੰਨ ਲਓ ਪਰ ਉਹ ਬਹੁਤ ਵਧੀਆ ਐਨਪੀਕੇ ਹੈ ਜੋ ਕਿ ਝੋਨੇ ਦੀ ਫਸਲ ਦੇ ਵਿੱਚ ਫੋਗ ਘਟਾਉਣ ਦੇ ਵਿੱਚ ਬਹੁਤ ਵਧੀਆ ਕਾਰਗਰ ਸਿੱਧ ਹੁੰਦਾ ਹੈ ਗੋਭ ਦੇ ਸਮੇਂ ਆਪਾਂ ਉਹਦੀ ਸਪਰੇ ਕਰਨੀ ਹੈ ਦੂਸਰੀ ਗੱਲ ਆ ਗਈ ਕਿ ਕਿਸਾਨ ਵੀਰ ਜਿਹੜੇ ਕੁਝ ਕਿਸਾਨ ਵੀਰ ਐਨਪੀਕੇ ਦੇ ਨਾਲ ਬੋਰਨ ਵਰਤਦੇ ਆ ਕਿਉਂਕਿ ਇਹ ਪੋਲੀਨੇਸ਼ਨ ਵਾਸਤੇ ਫਲਟਾਉਣ ਵਾਸਤੇ ਬੋਰਨ ਦਾ ਵੀ ਵਧੀਆ ਰੋਲ ਹੈ ਪਰ ਇਹਦੀ ਮਾਤਰਾ ਜ਼ਿਆਦਾ ਪਾ ਰਹੇ ਹੈ ਇਹ ਕਿਸਾਨ ਵੀਰੋ ਇੱਕ ਤੁਸੀਂ ਅੰਦਾਜ਼ੇ ਦੇ ਨਾਲ 2 ਲੀਟਰ ਪਾਣੀ ਮਗਰ 1 ਗ੍ਰਾਮ ਬੋਰਨ 20% ਦੀ ਵਰਤੋਂ ਕਰਨੀ ਹੈ ਜੇ ਆਪਾਂ ਜ਼ਿਆਦਾ ਪਾ ਲਿਆ ਤਾਂ ਆਪਾਂ ਉਲਟਾ ਨੁਕਸਾਨ ਖਰਾਬ ਰਿਨੇ ਆ ਫੇਰ ਕਿਸਾਨ ਵੀਰਾਂ ਦੇ ਕਈਆਂ ਦੇ ਸਵਾਲ ਹੁੰਦੇ ਕਿ ਸਾਡੇ ਜੀ ਜਿਹੜੇ ਪੱਤੇ ਉੱਪਰੋਂ ਨੋਕਾਂ ਬਰਨ ਹੋ ਗਈਆਂ ਉਹਦਾ ਮੁੱਖ ਕਾਰਨ ਹੁੰਦਾ ਬੋਰਨ ਦੀ ਓਵਰਡੋਜ਼ ਬਹੁਤ ਸਾਰੇ ਕਿਸਾਨ ਵੀਰ ਆ ਜਿਹੜੇ 100 ਤੋਂ 150 ਲੀਟਰ ਪਾਣੀ ਸਪਰੇਅ ਵਾਸਤੇ ਵਰਤਦੇ ਆ ਐਨਪੀਕੇ ਪਲੱਸ ਬੋਰਨ ਉਹਦੇ ਵਿੱਚ ਬੋਰਨ ਜਿਹੜਾ 100 ਗ੍ਰਾਮ ਤੱਕ ਪਾ ਰਹੇ 20% ਹਾਲਾਂਕਿ ਉਹ ਜੇ 125 ਲੀਟਰ ਪਾਣੀ ਤਾਂ 60 ਤੋਂ 70 ਗ੍ਰਾਮ ਮੈਕਸਿਮਮ ਚਾਹੀਦਾ ਜੇ 100 ਲੀਟਰਾਂ ਦਾ 50 ਗ੍ਰਾਮ ਚਾਹੀਦਾ ਤੇ ਇਦੇ ਅਨਸਾਰ ਤੁਸੀਂ ਵਰਤਣੀ ਓਵਰਡੋਜ਼ ਪਾਉਣ ਦੀ ਕੋਸ਼ਿਸ਼ ਨਾ ਕਰੋ ਉਹਦੇ ਨਾਲ ਕੋਈ ਬਹੁਤੀ ਤਾਕਤ ਨਹੀਂ ਮਿਲਣ ਲੱਗੀ ਸਿਫਾਰਸ਼ ਅਨਸਾਰ ਹੀ ਆਪਾਂ ਸਪਰੇ ਜਿਹੜੀ ਹੈ ਕਰਨੀ ਹੈ। ਇਸ ਤੋਂ ਬਾਅਦ ਕੁਝ ਮੇਰੇ ਕਿਸਾਨ ਵੀਰ ਆ ਜਿਹੜੇ ਅ ਪਹਿਲਾਂ ਵੀ ਮੈਂ ਵੀਡੀਓ ਰੈਂਜ ਕਰ ਕੀਤਾ ਸੀ ਕਿ ਸਿੰਥੈਟਿਕ ਪ੍ਰੈਥਰਡ ਸਿੰਥੈਟਿਕ ਜਿਹੜੇ ਕੀਟਨਾਸ਼ਕਾ ਉਹ ਨਹੀਂ ਵਰਤਨੇ ਜਿਨ੍ਹਾਂ ਦੇ ਵਿੱਚ ਮੈਂ ਨਾਂ ਦੱਸੇ ਸੀ ਉਹਨਾਂ ਦੇ ਵਿੱਚ ਇੱਕ ਹੈਗਾ ਲੈਂਡਾਸਾਈ ਹੈਲੋਥਰਨ ਜਿਹਦੀ ਕਿ ਕੋਈ ਸਿਫਾਰਸ਼ ਨਹੀਂ ਪਈ ਜੁਲਧਾਣਾ ਵਾਲੋ ਕੋਈ ਬੀ ਇਹਦਾ ਜਿਹੜਾ ਹੈਗਾ ਕਰਨ ਦਾ ਆਪਾਂ ਨੂੰ ਫਾਇਦਾ ਨਹੀਂ ਹੋਣ ਲੱਗਿਆ ਕੁਝ ਕੰਬੀਨੇਸ਼ਨ ਆਉਂਦੇ ਆ ਜਿਵੇਂ ਥਾਇਮਥਾਕਸਮ ਪਲੱਸ ਲੈਂਡਾਸਾਈ ਹੈਲੋਥ੍ਰਿਨ ਜਾਂ ਕਿਉਂਕਿ ਥਾਇਮਥਾਕਸਮ ਜਿਹੜਾ ਟਾਰ ਵਾਲਾ ਟੈਕਨੀਕਲ ਪਲੱਸ ਲੈਂਡਾਉਂ ਦੀ ਉਹਦੇ ਨਾਲ ਕੁਝ ਆਉਂਦੀ ਆ ਕਲੋਰ ਇੰਟਰਨਿਲੀਪਰੋਲ ਜਿਹੜੀ ਹੈਗੀ ਆ ਕੋਰੋਜਨ ਵਾਲਾ ਟੈਕਨੀਕਲ ਉਹਦੇ ਨਾਲ ਜਿਹੜਾ ਹੈਗਾ ਲੈਂਡਾਸਾਈ ਹੈਲੋਥ੍ਰਿਨ ਦਾ ਕੰਬੀਨੇਸ਼ਨ ਆਉਂਦਾ ਕਿਸਾਨ ਵੀਰ ਚੋਨੇ ਦੀ ਫਸਲ ਦੇ ਵਿੱਚ ਗੋਭ ਸਮੇ ਇਹ ਸਪਰੇਅ ਕਰ ਰਹੇ ਆ ਇਹਦੇ ਨਾਲ ਕਿਸਾਨ ਵੀਰ ਨੂੰ ਤੁਹਾਨੂੰ ਸਮੱਸਿਆ ਆਊਗੀ ਨੁਕਸਾਨ ਹੋ ਸਕਦਾ ਸੋ ਕਿਰਪਾ ਕਰਕੇ ਗੈਰ ਸਫਾਰਸ਼ੀ ਕੀਟਨਾਸ਼ਕ ਦੀ ਵਰਤੋਂ ਨਾ ਕਰੋ ਇਹ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਕਿ ਜਿਹੜੇ ਹੈਗੇ ਸਿੰਥੈਟਿਕ ਇਹ ਜਿਹੜੀ ਹੈਗੀ ਹੈ ਜ਼ਹਿਰ ਖਾਸ ਤੌਰ ਤੇ ਕੰਟੈਕਟ ਟੈਲੈਂਡਾ ਹਾਈਸਲੂਥਰਨ ਤੇ ਕੰਟੈਕਟ ਕਰਕੇ ਇਹ ਦੇ ਕਰਕੇ ਫਸਲ ਦੇ ਵਿੱਚ ਜਿਹੜਾ ਹੈਗਾ ਇੱਕ ਤਾਂ ਜਿਹੜੀ ਬਰਾਊਨ ਪਲਾਂਟ ਹੌਪਰ ਆ ਜਿਹੜਾ ਤੇਲਾ ਕਾਲਾ ਤੇਲਾ ਜਿਹਨੂੰ ਤੁਸੀਂ ਕਹਿ ਦਿੰਦੇ ਆ ਉਹਦੀ ਸਮੱਸਿਆ ਮਗਰੋਂ ਆ ਕੇ ਵੱਧ ਸਕਦੀ ਹੈ ਕਿਉਂਕਿ ਇਹ ਜਿਹੜਾ ਜਿਹੜੇ ਹੈਗੇ ਆ ਕੀਟਨਾਸ਼ਕ ਨੇ ਸਿੰਥੈਟਿਕ ਨੇ ਇਹ ਉਹਨਾਂ ਦੀ ਫਰਕੰਡਿਟੀ ਤੇ ਦੁਬਾਰਾ ਉਹਨਾਂ ਦਾ ਰੀਸਰਜੈਂਸ ਮਤਲਬ ਦੁਬਾਰਾ ਉਹਦਾ ਅਟੈਕ ਹੋਣਾ ਕਿਉਂਕਿ ਪਿਛਲੇ ਸਾਲ ਵੀ ਉਹ ਤਾਂ ਬਹੁਤਾ ਕੋਈ ਅਟੈਕ ਦੇਖਣ ਨੂੰ ਨਹੀਂ ਮਿਲਿਆ ਆਪਾਂ ਹਮਲਾ ਹੋਣ ਤੋਂ ਪਹਿਲਾਂ ਹੀ ਸਪਰੇਆ ਕਰੀ ਜਾ ਰਹੇ ਹਾਂ ਤੇ ਉਹਦੀ ਰੀਸਰਜੈਂਸ ਤੇ ਫਰਕੰਡਿਟੀ ਮਤਲਬ ਕਿ ਉਹਦੀ ਵੱਧ ਬੱਚੇ ਪੈਦਾ ਕਰਨ ਦੀ ਤਾਕਤ ਦੇ ਵਿੱਚ ਉਲਟਾ ਇਹ ਜਿਹੜੀ ਖਾਸ ਤੌਰ ਤੇ ਟੈਕਨੀਕਲ ਵਾਅਦਾ ਕਰ ਦਿੰਦਾ ਸੋ ਕਿਰਪਾ ਕਰਕੇ ਬਿਨਾਂ ਸਿਫਾਰਿਸ਼ ਤੋਂ ਬਿਨਾਂ ਟੈਗ ਤੋਂ ਕਿਸੇ ਕਿਸਮ ਦਾ ਕੋਈ ਕੀਟਨਾਸ਼ਕ ਜਿਹੜਾ ਹੈਗਾ ਸਪਰੇਅ ਨਾ ਕਰੋ ਇਹਦੇ ਨਾਲ ਆਪਣਾ ਨੁਕਸਾਨ ਹੋਊਗਾ ਟੈਕਨੀਕਲ ਜਿਹੜੇ ਸਫਾਰਸ਼ਾ ਉਹੀ ਸਪਰੇ ਕਰੋ ਇਹਦੇ ਬਾਰੇ ਮੈਂ ਪਹਿਲਾਂ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਜ਼ਿਕਰ ਕਰ ਚੁੱਕੇ ਹਾਂ ਸੋ ਉਹਦੇ ਅਨੁਸਾਰ ਹੀ ਸਪਰੇ ਕਰੋ ਫਿਰ ਜਦੋਂ ਜ਼ਰੂਰਤ ਪੈਂਦੀ ਹੈ ਫਿਰ ਆਪਾਂ ਦੁਬਾਰਾ ਸਪਰੇ ਕਰ ਸਕਦੇ ਹਾਂ ਕਈ ਕਿਸਾਨ ਵੀਰ ਕਹਿੰਦੇ ਜੀ ਅਸੀਂ ਪਹਿਲਾਂ ਹਲਕੀ ਦਵਾਈ ਪਾਵਾਂਗੇ ਉਲੀਨਾਸ਼ਕ ਫਿਰ ਮਗਰੋਂ ਆ ਕੇ ਜਦੋਂ ਝੋਨਾ ਨਸਾਰਾ ਹੋ ਗਿਆ ਤੇ ਦੁੱਧਾ ਪਰ ਲੱਗ ਪਿਆ ਉਦੋਂ ਅਸੀਂ ਬਹੁਤ ਵਧੀਆ ਟੈਕਨੀਕਲ ਪਾਉਨੇ ਆ ਨਟੀਵੋ ਐਮੀਸਟਾਰ ਹਾਲਾਂਕਿ ਉਹ ਹੀ ਚਾਹੀਦਾ ਉਲਟਾ ਗੋਭ ਸਮੇਂ ਵਰਤਣਾ ਚਾਹੀਦਾ ਇਹ ਕੁਝ ਕਿਸਾਨ ਵੀਰ ਕਹਿੰਦੇ ਕਿ ਮਗਰੋਂ ਜੇ ਪਹਿਲਾਂ ਹਲਕੀ ਕਰਾਂਗੇ ਤੇ ਫਿਰ ਉਹਦੀ ਮਹਿੰਗੀ ਕਰਾਂਗੇ ਤਾਂ ਫਿਰ ਵਧੀਆ ਅਸਰ ਮਰੂਗਾ ਇਹ ਤਾਂ ਐਪਲੀਕੇਬਲ ਹੈਗਾ ਜੇ ਆਪਾਂ ਫਟਾਰੇ ਸਮੇਂ ਕੋਈ ਸਪਰੇਅ ਕਰਦੇ ਆ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਉਦੋਂ ਕੰਟੈਕਟ ਪਲੱਸ ਸਿਸਟੈਮਿਕ ਉਲੀਨਾਸ਼ਕ ਕਰੋ ਉਦੋਂ ਮਹਿੰਗੇ ਟੈਕਨੀਕਲ ਸਿਸਟਮ ਇੱਕ ਦੋਨੋਂ ਦੋਨੋਂ ਜਿੰਨਾ ਚ ਟਰਾਈਜੋਲ ਤੇ ਸਟ੍ਰੋਬਿਲੂਰਨ ਗਰੁੱਪ ਆਉਂਦਾ ਉਹ ਨਾ ਕਰੋ ਪਹਿਲਾਂ ਆਪਾਂ ਜਿਹੜਾ ਜਨੇਪਲਸੈਕਸੈਕਸਾ ਨੋਜੋਲ ਕਪਟਾਨ ਪਲਸੈਕਸੈਕਸਾ ਨੋਜੋਲ ਇਹ ਆਪਾਂ ਵਰਤੇ ਆ ਤੇ ਗੋਭ ਸਮੇਂ ਆਪਾਂ ਬਹੁਤ ਵਧੀਆ ਟੈਕਨੀਕਲ ਵਰਤਨੇ ਆ ਕਿਉਂਕਿ ਗੋਭ ਸਮੇਂ ਹੀ ਜ਼ਰੂਰਤ ਹੁੰਦੀ ਫੰਗਸ ਕੰਪਲੈਕਸ ਉਦੋਂ ਅਟੈਕ ਕਰਦਾ ਬਾਅਦ ਚ ਹੋ ਸਕਦਾ ਆਪਾਂ ਨੂੰ ਜ਼ਰੂਰਤ ਹੀ ਨਾ ਪਵੇ ਇਹ ਗੱਲਾਂ ਦਾ ਬਹੁਤ ਖਿਆਲ ਰੱਖੋ ਰੱਖਣਾ ਜੇ ਕੋਈ ਹੋਰ ਸਵਾਲ ਹੋਵੇ ਸਜਾ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ